tutto, parlerò di due mezz'ora così. ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੇਰਾ ਭੈਰੋ ਪਰ ਹੈ ਜੀ ਕਿੱਥੇ ਪੜ੍ਹਦਾ ਬੱਚਾ ਹੁਣ ਇਹ ਸਾਫਰਨ ਸਿਟੀ ਸਕੂਲ ਕੋਟਲੇ ਪੜ੍ਹਦਾ ਜੀ ਇਹਦਾ ਨਾਮ ਸਮਰਜੀਤ ਸਿੰਘ ਹੈ ਜੀ ਹਾਂਜੀ ਕੀ ਹੋਇਆ ਇਹ ਪੇਪਰ ਦਿੱਤੇ ਸੀ ਇਹਨਾਂ ਨੇ ਪੇਪਰ ਤੋਂ ਬਾਅਦ ਮੈਡਮ ਨੇ ਇਹਨਾਂ ਨੂੰ ਅਖਬਾਰ ਦਿੱਤਾ ਪੜ੍ਹਨ ਵਾਸਤੇ ਅਖਬਾਰ ਪੜ੍ਹ ਰਹੇ ਸੀ ਕਿਸੇ ਹੋਰ ਕਲਾਸ 'ਚ ਬੱਚੇ ਰੌਲਾ ਪਾ ਰਹੇ ਗਏ ਮੈਡਮ ਇਹਨਾਂ ਦੀ ਕਲਾਸ 'ਚ ਆਈ ਮੈਡਮ ਨੇ ਚਮਨ ਲਾਲ ਜਿਹੜਾ ਸਾਰਾ ਉਹਨੂੰ ਬੁਲਾਇਆ ਉਹਨੇ ਆ ਕੇ ਇਹਨਾਂ ਦੀ ਸਾਰੀ ਕਲਾਸ ਮਤਲਬ ਡੰਡਿਆਂ ਨਾਲ ਕੁੱਟਿਆ ਜੀ ਅਤੇ ਕੁੜੀਆਂ ਨੂੰ ਵੀ ਕੁੱਟਿਆ ਕੁੜੀਆਂ ਨੂੰ ਬੈਠਕਾਂ ਵੀ ਕਢਾਈਆਂ ਕੰਨ ਫੜਾ ਕੇ ਜੀ ਇਹਦੀ ਜ਼ਿਆਦਾ ਕਮਜ਼ੋਰੀ ਸਰੀਰ 'ਚ ਜ਼ਿਆਦਾ ਕਮਜ਼ੋਰੀ ਹੋਣ ਕਰਕੇ ਇਹਦੇ ਲੱਤਾਂ 'ਤੇ ਡੰਡੇ ਮਾਰਨ ਕਰਕੇ ਨੀਲ ਪੈ ਗਿਆ ਜੀ ਅਤੇ ਉਦੋਂ ਤੁਰ ਨਹੀਂ ਹੋਇਆ ਅਤੇ ਹੁਣ ਮੈਂ ਜਦ ਲੈ ਕੇ ਆਇਆ ਇਹਨੂੰ ਮੈਂ ਨਾਲ ਚੱਕ ਕੇ ਲੈ ਕੇ ਆਇਆ ਉਰੇ ਜੀ ਹੋਸਪਿਟਲ 'ਚ ਫਿਰ ਮੈਂ ਇਹਨਾਂ ਨੇ ਲੈ ਕੇ ਉਰੇ ਟੀਕੇ ਲਵਾਏ ਡਾਕਟਰ ਸਾਹਿਬ ਤੋਂ ਹੁਣ ਦੇਖ ਲਏ ਡਾਕਟਰ ਸਾਹਿਬ ਨੇ ਦੱਸਿਆ ਨਹੀਂ ਕੁਛ ਵੀ ਕਿਆ ਚੱਕਰ ਆਈ ਹੁਣ ਦੱਸਣਗੇ ਜੀ ਪਰ ਅਸੀਂ ਮੰਗ ਕਰਦੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਅਤੇ ਸਾਡੇ ਬੱਚੇ ਨੂੰ ਇਨਸਾਫ ਮਿਲੇ ਉਹਨੂੰ ਮੇਰੇ ਹਿਸਾਬ ਨਾਲ ਤਾਂ ਜੀ ਉਹਨੂੰ ਸਕੂਲ 'ਚੋਂ ਕੱਢਿਆ ਜਾਵੇ ਜਿਹੜਾ ਬੱਚੇ ਉਹਨੂੰ ਪੜ੍ਹਾਉਂਦਾ ਵੀ ਨਹੀਂ ਉਹਦੇ ਤਾਂ ਕੋਈ ਮਤਲਬ ਨਹੀਂ ਬਣਦਾ ਜੀ ਡੰਡੇ ਮਾਰਨ ਦਾ ਦੱਬੜਾ ਉਹਦਾ ਇੱਕ ਗੁੰਡਾ ਰੱਖਿਆ ਹੋਇਆ ਜੀ ਸਕੂਲ ਵਾਲਿਆਂ ਨੇ ਗੱਲ ਇਹ ਹੋਈ ਸੀ ਜੀ ਅਸੀਂ ਟੈਸਟ ਨੋਟਬੁੱਕ ਇੰਗਲਿਸ਼ ਦਾ ਪੇਪਰ ਚੱਲ ਰਿਹਾ ਸੀ ਜੀ ਟੈਸਟ ਨੋਟਬੁੱਕ ਮੈਡਮ ਨੂੰ ਫੜਾਈ ਮੈਡਮ ਨੇ ਸਾਨੂੰ ਇੱਕ ਵਾਰ ਡਿਸਟ੍ਰੀਬਿਊਟ ਕਰਤੇ ਪੜ੍ਹਨ ਵਾਸਤੇ ਅਤੇ ਉੱਧਰੋਂ ਪਤਾ ਨਹੀਂ ਕਿਹਨਾਂ ਨੇ ਰੌਲਾ ਪਾਇਆ ਪਤਾ ਨਹੀਂ ਕਿਹਨਾਂ ਨੇ ਮੈਡਮ ਗੁੱਸੇ 'ਚ ਆ ਕੇ ਚਮਨ ਲਾਲ ਨੂੰ ਬੁਲਾ ਲਏ ਚਮਨ ਲਾਲ ਨੇ ਸਾਡੀ ਸਾਰੀ ਕਲਾਸ ਨੂੰ ਕੁੱਟਿਆ ਜੀ ਮੈਂ ਦੂਏ ਬੈਂਚ 'ਤੇ ਬੈਠਾ ਤਾਂ ਮੈਨੂੰ ਇਹ ਗੱਲ 'ਤੇ ਫੜ ਕੇ ਮੇਰੇ 'ਤੇ ਇੰਨੇ ਡੰਡੇ ਮਾਰੇ ਅਤੇ ਨਾਲੇ ਮੇਰੇ ਢੂਹੀ 'ਤੇ ਇੱਕ ਥੱਪੜ ਮਾਰਿਆ ਤਾਂ ਜੀ ਮੈਂ ਦਰਵਾਜ਼ੇ 'ਤੇ ਜਾ ਕੇ ਵੱਜੇ ਕਿੰਨੀ ਸੱਟ ਲੱਗੀ ਸੱਟ ਮੇਰੇ ਜੀ ਔਰ ਉਮੀਦ ਪੈ ਗਏ ਖੜਾ ਨੀ ਹੋ ਹੁੰਦਾ ਮੇਰਾ ਨਾਮ ਡਾਕਟਰ ਜੀਵਨਜੋਤ ਹੈ ਅਤੇ ਸਾਡੇ ਕੋਲ ਇੱਕ ਬੱਚਾ ਆਇਆ ਸੀਗਾ ਜਿਹੜਾ ਕਿ 14 ਸਾਲ ਦਾ ਸੀ ਜਿਹੜਾ ਕਿ ਸਕੂਲ ਦੇ ਵਿੱਚ ਕੁੱਟਮਾਰ ਦੇ ਕਰਕੇ ਟੀਚਰ ਵੱਲੋਂ ਐਡਮਿਟ ਹੋਇਆ ਹੈਗਾ ਸਵੇਰੇ 10 ਵਜੇ ਆਇਆ ਸੀਗਾ ਪੇਸ਼ੈਂਟ ਐਂਡ ਪੇਸ਼ੈਂਟ ਬੱਚੇ ਦਾ ਨਾਮ ਹੈਗਾ ਆ ਸਮਰਜੋਤ ਸਿੰਘ ਐਂਡ ਸਨ ਆਫ ਹਰਦੇਵ ਸਿੰਘ ਇਹ ਭੈਰੋਂਪੁਰ ਤੋਂ ਰਹਿਣ ਵਾਲਾ ਹੈਗਾ ਅਤੇ ਇਹਦੇ ਸਕੂਲ ਦਾ ਜਿਹੜਾ ਨਾਮ ਹੈਗਾ ਆ ਸੈਫਲ ਸਿਟੀ ਸਕੂਲ ਕੋਟਲਾ ਬਜਵਾੜਾ ਹੈਗਾ ਆ ਅਤੇ ਇਹ ਇਸ ਗੱਲ ਕਰਕੇ ਇੱਥੇ ਐਡਮਿਟ ਹੋਏ ਨੇ ਕਿਉਂਕਿ ਬੱਚੇ ਦੇ ਸੱਟਾਂ ਮਾਰੀਆਂ ਹੈਗੀਆਂ ਡਿਊਰਿੰਗ ਇਲਾਜ ਚੱਲਦਾ ਪਿਆ ਹੈਗਾ ਹੈ ਬੱਚਾ ਇੱਥੇ ਐਡਮਿਟ ਹੈ ਸਾਡੇ ਕੋਲ ਅੱਜ ਅਸੀਂ ਜੋ ਪਤਾ ਲੱਗਿਆ ਸਾਨੂੰ ਪਿੰਡ ਭੈਰੋਂਪੁਰ ਦਾ ਜੋ ਸਮਰਜੋਤ ਸਿੰਘ ਬੱਚਾ 8ਵੀਂ ਕਲਾਸ 'ਚ ਪੜ੍ਹਦਾ ਔਰ ਇਸ ਬੱਚੇ ਨੂੰ ਸੈਫਰਨ ਸਿਟੀ ਸਕੂਲ ਦੇ ਵਿੱਚ ਉੱਥੋਂ ਦੇ ਪ੍ਰਿੰਸੀਪਲ ਦੇ ਕਹਿਣ ਦੇ ਉੱਤੇ ਇੱਕ ਚਮਨ ਲਾਲ ਜਿਹੜਾ ਟੀਚਰ ਆ ਸਕੇਟਿੰਗ ਦਾ ਉਸ ਟੀਚਰ ਨੇ ਜਿਹੜਾ ਕਿ ਪਹਿਲਾਂ ਵੀ ਸੁਣਨ 'ਚ ਆਇਆ ਬੱਚਿਆਂ ਨੇ ਦੱਸਿਆ ਪੇਰੈਂਟਸ ਨੇ ਦੱਸਿਆ ਵੀ ਇੱਕ ਸਕੂਲ ਦੇ ਵਿੱਚ ਗੁੰਡਾ ਰੱਖਿਆ ਹੋਇਆ ਜਿਹੜਾ ਕਿ ਹਰ ਸਮੇਂ ਹਰ ਹੱਥ 'ਚ ਡੰਡਾ ਰੱਖਦਾ ਔਰ ਪੂਰੇ ਸਕੂਲ 'ਚ ਘੁੰਮਦਾ ਰਹਿੰਦਾ ਕੁੱਟਦਾ ਮਾਰਦਾ ਰਹਿੰਦਾ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਔਰ ਹੁਣ ਇਹ ਗੱਲ ਬਾਹਰ ਆ ਗਈ ਕਿਉਂਕਿ ਪਹਿਲਾਂ ਬੱਚੇ ਡਰਦੇ ਮਾਰੇ ਦੱਸਦੇ ਨਹੀਂ ਸੀ ਪਰ ਇਸ ਬੱਚੇ ਨੂੰ ਜਿਸ ਤਰੀਕੇ ਨਾਲ ਬੇਰਹਿਮੀ ਨਾਲ ਕੁੱਟਿਆ ਔਰ ਬੱਚੀਆਂ ਦੀ ਲੜਕੀਆਂ ਦੀ ਉਹਨਾਂ ਨੇ ਕੰਨਾਂ ਤੋਂ ਫੜ ਕੇ ਡੰਡ ਬੈਠਕਾਂ ਜਿਹੜੀਆਂ ਲੜਕੀਆਂ ਦੀਆਂ ਕਢਾਈਆਂ ਔਰ ਇਸ ਬੱਚੇ ਦੀ ਕਮਜ਼ੋਰ ਹੋਣ ਕਰਕੇ ਜਿਹੜਾ ਉਹ ਕੁੱਟ ਨੂੰ ਸਹਿ ਨਹੀਂ ਸਕਿਆ ਔਰ ਘਰ ਜਾ ਕੇ ਇਹ ਪੈ ਗਿਆ ਪੈਣ ਤੋਂ ਬਾਅਦ ਇਹ ਘਰਦਿਆਂ ਨੇ ਜਦੋਂ ਨਾ ਉੱਠਿਆ ਹੋਏ ਤੁਰਨਾ ਹੋਵੇ ਤੋਂ ਬੈਠਣਾ ਹੋਵੇ ਤਾਂ ਘਰਦੇ ਨੂੰ ਹੋਸਪਿਟਲ ਲੈ ਕੇ ਆਏ ਮੈਂ ਸਮਝਦਾ ਜਿਸ ਤਰੀਕੇ ਨਾਲ ਸੈਫਰਨ ਸਿਟੀ ਸਕੂਲ ਫਤਿਹਗੜ੍ਹ ਸਾਹਿਬ ਦੇ ਵਿੱਚ ਪਿਛਲੇ ਸਮੇਂ ਤੋਂ ਕੰਪਲੇਟਾਂ ਆ ਰਹੀਆਂ ਨੇ ਭਾਵੇਂ ਉਹ ਟਰਾਂਸਪੋਰਟ ਦੀਆਂ ਨੇ ਭਾਵੇਂ ਉਹ ਵਾਧੂ ਐਨੂਅਲ ਚਾਰਜ ਲੈਣ ਦੀਆਂ ਨੇ ਭਾਵੇਂ ਉਹ ਛੁੱਟੀਆਂ ਦੇ ਸਮੇਂ ਫੀਸ ਲੈਣ ਦੀਆਂ ਨੇ ਭਾਵੇਂ ਹਰ ਸਕੂਲ ਦੇ ਵਿੱਚ ਚੰਗੀ ਸਰਵਿਸ ਨਾ ਦੇਣ ਦੀਆਂ ਨੇ ਭਾਵੇਂ ਕਿਤਾਬਾਂ ਦੀਆਂ ਫੀਸਾਂ ਵਾਧੂ ਵਸੂਲਣ ਦੀਆਂ ਨੇ ਅੱਜ ਉਹ ਸਾਰੀਆਂ ਗੱਲਾਂ ਹੱਦਾਂ ਬੰਨੇ ਟੱਪ ਕੇ ਜਿਹੜਾ ਉਸ ਸਕੂਲ ਦੇ ਟੀਚਰ ਨੇ ਜਿਹੜਾ ਕਿ ਸਕੂਲ ਦੀ ਕਲਾਸ ਨੂੰ ਪੜ੍ਹਾਉਂਦਾ ਵੀ ਨਹੀਂ ਉਹਨੇ ਬੜੀ ਬੇਰਹਿਮੀ ਨਾਲ ਜਿਹੜਾ ਇੱਕ ਪਲਾਸਟਿਕ ਸਕਿੱਟ ਨਾਲ ਜਿਹੜਾ ਉਹਨੂੰ ਸਟਿੱਕ ਨਾਲ ਕੁੱਟਿਆ ਗਿਆ ਮਾਰਿਆ ਗਿਆ ਔਰ ਨੀਲ ਪਏ ਹੋਏ ਤੁਸੀਂ ਦੇਖ ਸਕਦੇ ਹੋ ਸੋ ਇਸ ਤਰੀਕੇ ਨਾਲ ਅਜਿਹੇ ਜਿਹੜੇ ਟੀਚਰ ਨੇ ਜਿੱਥੇ ਉਹਨਾਂ ਦੇ ਖਿਲਾਫ਼ ਕਾਰਵਾਈ ਬਣਦੀ ਹੋਣੀ ਚਾਹੀਦੀ ਆ ਉੱਥੇ ਇਹੋ ਜਿਹੇ ਸਕੂਲ ਦੇ ਖਿਲਾਫ਼ ਜਿਹੜੀ ਮੈਨੇਜਮੈਂਟ ਆ ਉਹਦੇ ਖਿਲਾਫ਼ ਵੀ ਕਾਰਵਾਈ ਹੋਣੀ ਬਣਦੀ ਆ ਅਸੀਂ ਪ੍ਰਸ਼ਾਸਨ ਦੇ ਪੁਲਿਸ ਸਟੇਸ਼ਨ ਦੇ ਧਿਆਨ 'ਚ ਵੀ ਲੈ ਚੁੱਕੇ ਹਾਂ ਔਰ ਸਾਡੇ ਜਿਹੜੇ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਹੈ ਉਹਦੇ DCP ਦੇ ਧਿਆਨ 'ਚ ਵੀ ਲੈ ਚੁੱਕੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਕਾਰਵਾਈ ਉਹਨਾਂ 'ਤੇ ਹੋਵੇਗੀ ਜੀ